ਸਿਮਰਨ ਹਾਂਜੀ ਯਾਰ ਮੈਂ ਕੀ ਦੱਸਾਂ ਮੰਮੀ ਹੋਰਾਂ ਦਾ ਸੁਭਾਅ ਇੰਨਾ ਚੰਗਾ ਹੈ ਨਾ ਜਦ ਵੀ ਮੈਂ ਘਰ ਜਾਵਾਂ ਨਾ ਪੁੱਤਰ ਜੀ ਪੁੱਤਰ ਜੀ ਕਰ ਕਰਕੇ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਨੇ ਕਦੇ ਸਿਰ ਚੁੰਮਦੇ ਨੇ ਕਦੇ ਕੀ ਕਰਦੇ ਨੇ ਇੰਨਾ ਪਿਆਰ ਕਰਦੇ ਨੇ ਨਾ ਮੈਨੂੰ ਤੇ ਪਾਪਾ ਹੋਰੀ ਮੈਂ ਕਹਿ ਰਿਹਾ ਮੈਂ ਘਰ ਚੱਲੇ ਜਾਵਾਂ ਇਦਾਂ ਦੀ ਕੋਈ ਚੀਜ਼ ਨਹੀਂ ਜੇ ਮੇਰੇ ਸਾਹਮਣੇ ਆ ਕੇ ਨਾ ਰੱਖਣ ਪੁੱਤਰ ਜੀ ਹੋਰ ਕੁਝ ਚਾਹੀਦਾ ਹੈ ਹੋਰ ਕੁਝ ਲੈਣਾ ਹੈ ਮੈਂ ਕਹਿੰਦਾ 2 ਮਿੰਟ ਮੈਨੂੰ ਬੈਠਾ ਨਹੀਂ ਦਿੰਦੇ ਕਦੇ ਕੁਝ ਲੈ ਕੇ ਆ ਜਾਣਗੇ ਕੁਝ ਕਦੇ ਕੁਝ ਤੇ ਵੀਰ ਜੀ ਹੋਣੀ ਮੈਂ ਕਹਿੰਦਾ ਦਿਨ ਵਿੱਚ ਤਿੰਨ ਤਿੰਨ ਵਾਰ ਕਾਲ ਆਉਂਦੀ ਉਹਨਾਂ ਦੀ ਅਵਨੀਤ ਵੇਰੇ ਕੋਈ ਪਰੇਸ਼ਾਨੀ ਤੇ ਨਹੀਂ ਹੈ ਕੋਈ ਲੋੜ ਤੇ ਨਹੀਂ ਹੈ ਕੋਈ ਦਿੱਕਤ ਤੇ ਨਹੀਂ ਹੈ ਇੰਨੇ ਮੈਨੂੰ ਚੰਗੇ ਸਹੁਰੇ ਮਿਲੇ ਨੇ ਨਾ ਮੈਂ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ پتہ ਨਹੀਂ ਮੈਂ ਕਿਹੜੇ ਚੰਗੇ ਕਰਮ ਕੀਤੇ ਨੇ ਕਿ ਮੈਨੂੰ ਨੇ ਚੰਗੇ ਸਹੁਰੇ ਮਿਲੇ ਆ ਸੱਚੀ ਹਾਂ ਬਿਲਕੁਲ ਸਹੀ ਗੱਲ ਹੈ ਇਹ ਸੱਚੀ ਗੱਲ ਕਹਿ ਰਹੇ ਤੁਸੀਂ ਹਾਂ ਜੀ ਆ ਬਿਲਕੁਲ ਚਲੋ ਮੈਂ ਨਾ ਪਹਿਲੇ ਕੀਆ ਬਣਾਉਣ ਦੀ ਸੋਚ ਰਹੀ ਸੀ ਹੁਣ ਮੈਂ ਤੁਹਾਨੂੰ ਚਿਕਨ ਬਣਾ ਕੇ ਖਿਲਾਨੀ ਹੈ ਠੀਕ ਹੈ ਉਹ ਜਨਾਨੀ ਤੋਂ ਕੋਈ ਵੀ ਕੰਮ ਕਰਾਉਣਾ ਹੋਵੇ ਨਾ ਉਹਦੇ ਘਰ ਦੀਆਂ ਦੀ ਤਾਰੀਫ਼ ਕਰ ਦੋ ਉਹ ਮੈਂ ਕਿ ਤੁਸੀਂ ਘੀਏ ਤੋਂ ਚਿਕਨ ਤੱਕ ਪਹੁੰਚ ਜਾਓਗੇ ਤੇ ਜਿੱਥੇ ਰ ਸੋਹਰਿਆਂ ਦੀ ਘਰ ਮੈਂ ਕਿ ਇੰਨੇ ਕੰਜਰ ਸੋਹਰੇ ਮਿਲੇ ਨਾ ਸਿਰ ਦਰਦ ਕਰਕੇ ਰੱਖਿਆ ਹੋਇਆ ਹੈ